ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਸਤਗੁਰੂ ਪੂਰਾ ਜੀ ਮਿਲੈ ਪਾਈਐ ਰਤਨ ਵਿਚਾਰ ਸਤਗੁਰੂ ਜੀ ਪਾਵਨ ਅੰਗ ਉਨਾੜ ਤੇ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਅਸ਼ਟਪਦੀਆਂ ਦੇ ਸਰਲੇਖੇਟ ਇਹ ਦਸਵਾਂ ਸ਼ਬਦ ਹੈ ਸਤਿਗੁਰੂ ਕਿਰਪਾ ਕਰੇ ਹਨ ਕਿ ਐਸੇ ਪੂਰਨ ਸਤਿਗੁਰੂ ਦਾ ਮਿਲਾਪ ਹੋ ਜਾਵੇ ਤਾਂ ਸਤਿਗੁਰੂ ਜੀ ਪਾਸੋਂ ਸ਼ਬਦ ਰੂਪ ਰਤਨ ਦਾ ਵਿਚਾਰ ਪ੍ਰਾਪਤ ਕਰ ਲੀਦਾ ਹੈ ਰਤਨ ਜੋ ਬ੍ਰह्म ਹੈ ਜਿਸ ਨੂੰ ਵੇਖ ਕੇ ਕਿਸੇ ਹੋਰ ਪਦਾਰਥ ਦੀ ਪ੍ਰੀਤੀ ਨਾ ਰਵੇ ਭੁੱਖ ਨਾ ਰਵੇ ਮਨ ਦੀ ਜੈ ਗੁਰ ਆਪਣੇ ਪਾਈ ਹੈ ਸਰਬ ਪਿਆਰ ਆਪਣੇ ਸਤਿਗੁਰਾਂ ਨੂੰ ਆਪਣਾ ਮਨ ਭੇਟਾ ਕਰਦੀਏ ਜੋ ਸਾਰਿਆਂ ਚ ਪ੍ਰੇਮ ਰੂਪ ਹੋ ਕੇ ਰਮਿਆ ਹੋਇਆ ਕਿਉਂਕਿ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਉਹ ਅਨਰਾਗ ਮੁਕਤ ਪਦਾਰਥ ਪਾਈ ਹੈ ਅਵਗਣ ਮੇਟਣ ਹਾਰ ਸਤਿਗੁਰੂ ਜੋ ਕਾਮ ਕ્રોਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਵਿਕਾਰਾਂ ਆਦ ਔਗਣਾਂ ਦੇ ਮੇਟਣ ਵਾਲੇ ਆ ਐਸੇ ਸਤਗੁਰਾਂ ਪਾਸੋਂ ਮੁਕਤੀ ਰੂਪ ਪਦਾਰਥ ਨੂੰ ਪਾ ਲਈਦਾ ਬਾਣੀ ਵਿੱਚ ਇਹ ਪਦਾਰਥ ਕਤਨ ਕੀਤੇ ਹਨ ਜਨਮ ਪਦਾਰਥ ਨਾਮ ਪਦਾਰਥ ਪ੍ਰੇਮ ਪਦਾਰਥ ਗਿਆਨ ਪਦਾਰਥ ਮੁਕਤ ਪਦਾਰਥ ਕਿਉਂਕਿ ਚਾਰ ਪ੍ਰਕਾਰ ਦੀਆਂ ਸਵਰਗ ਦੀਆਂ ਮੁਕਤੀਆਂ ਮੰਨੀਆਂ ਸਲੋਕ ਸਮੀਪ ਸਰੂਪ ਸਜੁਜ ਸਲੋਕ ਆਪਣੇ ਇਸ਼ਟ ਦੇਵਤਾ ਦੇ ਲੋਕ ਦੀ ਪ੍ਰਾਪਤੀ ਹੋ ਜਾਣੀ ਸਮੀਪ ਹੁੰਦਾ ਆਪਣੇ ਇਸ਼ਟ ਦੇਵ ਦੇ ਨਿਕਟ ਵਰਤੀ ਹੋ ਜਾਣਾ ਕੋਲ ਰਹਿਣਾ ਸਰੂਪ ਹੁੰਦਾ ਇਸ਼ਟ ਦੇਵਤਾ ਵਰਗਾ ਰੂਪ ਬਣ ਜਾਣਾ ਚਤੁਰਪੂਜਾਦ ਸਜੂਜ ਹੁੰਦਾ ਇੱਕ ਸਮੇਂ ਹਜ਼ਾਰ ਦੇਹ ਧਾਰ ਕੇ ਹਜ਼ਾਰ ਕੰਮ ਕਰ ਸਕਣਾ ਪਰ ਉਤਪਤੀ ਪਾਲਣਾ ਤੇ ਲੈਤਾ ਇਹ ਈਸ਼ਵਰ ਨੇ ਆਪਣੇ ਹੱਥ ਰੱਖੀਆਂ ਹਨ ਭਾਵ ਜਗਤ ਪੈਦਾ ਕਰਨਾ ਜਗਤ ਦੀ ਪਾਲਣਾ ਕਰਨੀ ਅਤੇ ਜਗਤ ਦਾ ਵਿਨਾਸ਼ ਕਰਨਾ ਇਹਨਾਂ ਤਿੰਨਾਂ ਮੁਕਤੀਆਂ ਤੋਂ ਰਹਿਤ ਹੋਣਾ ਸਜੂਜ ਮੁਕਤੀ ਹੈ ਜਿਸ ਤਰ੍ਹਾਂ ਲੋਨ ਦਾ ਡੜਾ ਪਾਣੀ ਵਿੱਚ ਘੁਲਦੇ ਹੀ ਤਾਂ ਉਹ ਪਾਣੀ ਵਿੱਚ ਮਿਲ ਕੇ ਘੁਲ ਜਾਂਦਾ ਹੈ ਪਰ ਜਦੋਂ ਸਵਾਦ ਦੇਖੀਏ ਤਾਂ ਲੂਣ ਦਾ ਸਵਾਦ ਆਉਂਦਾ ਹੈ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਏ ਭਾਈ ਸਤਗੁਰੂ ਜੀ ਬ੍ਰਹਮ ਸਰੂਪ ਹਨ ਸਤਗੁਰਾਂ ਤੋਂ ਬਗੈਰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਪੁੱਛੋ ਬ੍ਰਹਮੇ ਨਾਰਦੈ 베ਦ ਬਿਆਸੈ ਕੋય ਰਹਾਉ ਕਹਿੰਦੇ ਭਾਵੇਂ ਇਸ ਗੱਲ ਨੂੰ ਕੋਈ ਵੇਦ ਉਚਾਰਨ ਵਾਲੇ ਬ੍ਰਹਮਾ ਜੀ ਪਾਸੋਂ ਕੀਰਤਨ ਭਗਤੀ ਕਰਨ ਵਾਲੇ ਨਾਰਦ ਜੀ ਪਾਸੋਂ ਅਤੇ ਵੇਦਾਂ ਦਾ ਟੀਕਾ ਕਰਨ ਵਾਲੇ ਵੇਦ ਵਿਆਸ ਜੀ ਪਾਸੋਂ ਪੁੱਛ ਲਵੋ ਉਹ ਵੀ ਇਹੀ ਗੱਲ ਕਹਿਣਗੇ ਕਿ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਕਿਉਂਕਿ ਇਹ ਮਹਾਨ ਆਤਮਾਵਾਂ ਵੀ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਕਰ ਸਕੀਆਂ ਰਹਾਉ ਦੱਸਦੇ ਹਨ ਕਿ ਬ੍ਰਹਮਾ ਜੀ ਨੂੰ ਜਦੋਂ ਸਰਬਗਤਾ ਨਹੀਂ ਸੀ ਉਹ ਡੰਡਾ ਤੇ ਕਮੰਡਲ ਪਕੜ ਕੇ ਧਰਤੀ ਤੇ ਫਿਰਦਾ ਰਿਹਾ ਕਾਲ ਹੀ ਪਾਏ ਭਇਓ ਬ੍ਰਹਮਾ ਗਹਿ ਡੰਡ ਕਮੰਡਲ ਭੂਮ ਪਰਮਾਨਿਓ 10ਵੇਂ ਪਾਛਾ ਧਨਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ ਉਸ ਵਕਤ ਬ੍ਰਹਮਾ ਨੂੰ ਆਕਾਸ਼ ਬਾਣੀ ਦੁਆਰਾ ਉਪਦੇਸ਼ ਦਿੱਤਾ ਕਿ ਬ੍ਰਹਮਾ ਤਪ ਕਰ ਤਪ ਕਰ ਤਪ ਕਰ ਤਿੰਨ ਵਾਰ ਇਹੀ ਵਚਨ ਕਿਹਾ ਜਿਸ ਵੇਲੇ ਬ੍ਰਹਮਾ ਨੇ ਤਪ ਕੀਤਾ ਉਦੋਂ ਬ੍ਰਹਮਾ ਨੂੰ ਹੰਕਾਰ ਹੋ ਗਿਆ ਕਿ ਮੈਂ ਗਿਆਨਵਾਨ ਹਾਂ ਉਸ ਵੇਲੇ ਮਹਾਰਾਜ ਜੀ ਨੇ ਦੇਵ ਸਰੂਪ ਧਾਰਨ ਕੀਤਾ ਦੇਵ ਸਰੂਪ ਧਾਰ ਕੇ ਜਦੋਂ ਆਏ ਤਾਂ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਚਾਰੇ ਭਰਾਵਾਂ ਨੂੰ ਫੁਰਨਾ ਫੁਰਿਆ ਕਿ ਸਾਡੇ ਪਿਤਾ ਨੂੰ ਪਤਾ ਨਹੀਂ ਕਿ ਮਾਨ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ ਹੋ ਕੇ ਕਿਵੇਂ ਇਕਾਗਰ ਕਰੀਦਾ ਹੈ ਇਹ ਸਾਰਾ ਪ੍ਰਸੰਗ ਅਕਾਦਸ਼ ਗ੍ਰੰਥ ਵਿੱਚ ਆਉਂਦਾ ਤਾਂ ਬ੍ਰਹਮਾ ਦਾਸ ਨਾ ਸਕਿਆ ਇਹ ਚਾਰੇ ਭਰਾ ਆਪਣੇ ਪਿਤਾ ਦਾ ਮਖੌਲ ਉਡਾਉਣ ਲੱਗੇ ਉਂਝ ਸਾਡਾ ਪਿਤਾ ਖਵਾਉਂਦਾ ਹੈ ਪਰ ਤੈਨੂੰ ਇਨਾ ਗਿਆਨ ਨਹੀਂ ਉਸ ਵੇਲੇ ਬ੍ਰਹਮਾ ਨੇ ਅਰਾਧਨਾ ਕੀਤੀ ਤਾਂ ਮਹਾਰਾਜ ਨੇ ਹੰਸਾ ਵਤਾਰ ਧਾਰ ਕੇ ਜਿਨ੍ਹਾਂ ਦੇ ਪਰਾਂ ਖੰਭਾਂ ਤੇ ਵੇਦ ਸ਼ਾਸਤਰ ਲਿਖੀ ਹੋਏ ਸਨ ਐਸਾ ਸਰੂਪ ਧਾਰ ਕੇ ਆ ਗਏ ਉਸ ਵੇਲੇ ਐਸਾ ਸਰੂਪ ਦੇਖ ਕੇ ਇਹਨਾਂ ਚਾਰੇ ਭਰਾਵਾਂ ਨੇ ਆ ਕੇ ਬਚਨ ਕੀਤਾ ਕਿ ਦੱਸੋ ਜੀ ਤੁਸੀਂ ਕੌਣ ਹੋ ਤਾਂ ਆਗੂ ਕਹਿਣ ਲੱਗੇ ਕਿ ਭਾਈ ਪੰਜਾਂ ਤਤਾਂ ਦਾ ਸਰੀਰ ਹੈ ਤੁਹਾਡਾ ਸਰੀਰ ਵੀ ਪੰਜਾਂ ਤਤਾਂ ਦਾ ਹੀ ਹੈ ਇਸ ਲਈ ਤੁਹਾਡਾ ਸਵਾਲ ਗਲਤ ਹੈ ਜੇ ਤੁਸੀਂ ਕਹੋ ਕਿ ਆਤਮਾ ਵਤਹਾ ਤਾਂ ਤੁਹਾਡੇ ਅਤੇ ਮੇਰੇ ਵਿੱਚ ਆਤਮਾ ਇੱਕ ਹੀ ਆ ਇਹ ਵੀ ਸਵਾਲ ਤੁਹਾਡਾ ਗਲਤ ਹੈ ਇਸ ਤੋਂ ਅੱਗੇ ਚਾਰੇ ਭਰਾਵਾਂ ਨੂੰ ਕੋਈ ਗੱਲ ਨਾ ਆਈ ਤੇ ਜੋ ਆਪਣੇ ਆਪ ਨੂੰ ਵਿਰਕਤ ਅਖਵਾਉਂਦੇ ਸਨ ਆਪਣੇ ਪਿਤਾ ਨੂੰ ਸ਼ਰਮਿੰਦਾ ਕਰ ਰਹੇ ਸਨ ਉਹਨਾਂ ਦਾ ਸਾਰਾ ਮਾਨ ਟੁੱਟ ਗਿਆ ਤੇ ਮੁਆਫੀ ਮੰਗੀ ਉਸ ਵੇਲੇ ਹੰਸਾ avatars ਦੇ ਰੂਪ ਵਿੱਚ ਬ੍ਰਹਮਾ ਨੂੰ ਉਪਦੇਸ਼ ਦੇ ਕੇ ਗਿਆਨਮਾਨ ਕੀਤਾ ਕਿ ਬ੍ਰਹਮਾ ਇੰਦਰੀਆਂ ਤੋਂ ਪਰੇ ਮਨ ਸ਼ਬਦ ਨਾਲ ਟਿਕਾਈਦਾ ਹੈ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਕਿ ਬ੍ਰਹਮਾ ਨੂੰ ਪੋਛ ਕੇ ਦੇਖ ਲਵੋ ਗੁਰੂ ਦੁਆਰਾ ਹੀ ਭਗਵਾਨ ਨੇ ਹੰਸਾ ਅਵਤਾਰ ਧਾਰ ਕੇ ਉਪਦੇਸ਼ ਦਿੱਤਾ ਸੀ ਫਿਰ ਵਿਆਸ ਰਿਖੀ ਨੂੰ ਹੰਕਾਰ ਹੋ ਗਿਆ ਕਿ ਮੈਂ ਵੇਦਾਂ ਦਾ ਗਿਆਤਾ ਹਾਂ ਮੇਰੇ ਜੈਸਾ ਗਿਆਨਵਾਨ ਕੋਈ ਨਹੀਂ ਹੰਕਾਰ ਹੋਣ ਕਰਕੇ ਉਸ ਵੇਲੇ ਵਿਆਸ ਰਿਖੀ ਤੇ ਗੈਬੀ ਤਲਵਾਰ ਚੱਲੀ ਦਸ਼ਮ ਪਾਤਸ਼ਾਹ ਜੀ ਨੇ ਲਿਖਿਆ ਹੈ ਕਿ ਛੇ ਟੁਕੜਿਆਂ ਵਿੱਚ ਰਿਖੀ ਵੰਡਿਆ ਗਿਆ ਫਿਰ ਉਸ ਵਕਤ ਸ਼ੇਰਿ ਕੀ ਬਣ ਕੇ ਛੇ ਸ਼ਾਸਤਰ ਸੰਖ ਨਿਆਏ ਆਦਿ ਦੀ ਰਚਨਾ ਕੀਤੀ ਬਿਆਸ ਰਿ ਕੀ ਦੇ ਅਵਤਾਰ ਵਿੱਚ ਇਸ ਨੂੰ ਫਿਰ ਸ਼ਾਂਤੀ ਨਾ ਆਵੇ ਤਾਂ ਨਾਰਦ ਨੇ ਇਸ ਨੂੰ ਭਾਗਵਤ ਪ੍ਰਾਣ ਸੁਣਾਇਆ ਅਵਤਾਰ ਬਿਆਸ ਰਿ ਕੀ ਦੱਸਦੇ ਹਨ ਕਿ ਭਾਗਵਤ ਪ੍ਰਾਣ ਵਿੱਚੋਂ ਪਰਮੇਸ਼ਰ ਦੇ ਗੁਣ ਉਚਾਰ ਕੇ ਦੱਸੇ ਜਿਵੇਂ ਕਿ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ ਆਪਣੀ ਪਹਿਲੀ ਵਾਰ ਦੀ 11ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਤ੍ਰਿਪਤ ਨ ਆਵੀ ਵੇਦ ਮਤ ਅਗਨ ਅਗਨੀ ਅੰਦਰ ਤਪਤ ਤਪਾਇਆ ਮਾਇਆ ਡੰਡ ਨ ਉਤਰੀ ਜਮ ਡੰਡੇ ਬਹੁ ਦੁਖ ਰੁਆਇਆ ਨਾਰਦ ਮਨ ਉਪਦੇਸਿਆ ਮਤ ਭਾਗਵਤ ਗੁਣ ਗੀਤ ਕਰਾਇਆ ਬਿਨ ਸਰਨੀ ਨਹਿ ਕੋਏ ਤਰਾਇਆ ਫਿਰ ਸਰਨੀ ਪਿਆ ਨਾਰਦ Muni ਨੇ ਉਪਦੇਸ਼ ਦਿੱਤਾ ਤੇ ਪਰਮੇਸ਼ਰ ਦੀ ਭਗਤੀ ਕੀਤੀ ਤਾਂ ਬਿਆਸ ਨੂੰ ਸ਼ਾਂਤੀ ਆਈ ਫਿਰ ਬਿਆਸ ਨੂੰ 11000 ਵਰਸ਼ ਹੰਕਾਰ ਹੋ ਗਿਆ ਕਿ ਮੈਂ ਕਾਰਕਪਾਦ ਨੂੰ ਪ੍ਰਾਪਤ ਹੋ ਗਿਆ ਹਾਂ ਕਾਰਕ ਪੁਣੇ ਦੇ ਹੰਕਾਰ ਵਿੱਚ ਹੀ ਫਿਰਦਾ ਰਿਹਾ ਜਦੋਂ ਕਾਰਕ ਪੁਣੇ ਦਾ ਹੰਕਾਰ ਮੁੱਕਿਆ ਤਾਂ ਵਿਆਸ ਜੀ ਨੂੰ ਸ਼ਾਂਤੀ ਆਈ ਇਸ ਪ੍ਰਕਾਰ ਵੇਦਾਂ ਦੀਆਂ ਜਿਲਦਾਂ ਬੰਨਣ ਵਾਲਾ ਜਿਹੜਾ ਵਿਆਸ ਹੈ ਉਸ ਦੇ 18 ਪੁਰਾਣਾ ਆਦ ਗ੍ਰੰਥਾਂ ਨੂੰ ਕੋਈ ਪੜ ਕੇ ਦੇਖ ਲਵੇ ਇਉਂ ਪੁੱਛ ਕੇ ਵੇਖ ਲਵੇ ਉਹੋ ਇਹੀ ਕਥਨ ਕਰਨਗੇ ਕਿ ਗੁਰੂ ਤੋਂ ਬਿਨਾਂ ਕਿਸੇ ਨੂੰ ਗਿਆਨ ਨਹੀਂ ਹੋਇਆ ਗਿਆਨ ਧਿਆਨ ਤੁਨ ਜਾਣੀਐ ਅਕਥ ਕਹਾਵੇ ਸੂਇ ਏ ਭਾਈ ਗਿਆਨ ਨਿਰਗੁਣ ਸਰੂਪ ਦਾ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਗੁਰਾਂ ਦੇ ਸ਼ਬਦ ਦੁਆਰਾ ਹੀ ਜਾਣੀਦਾ ਹੈ ਫਿਰ ਉਹ ਗੁਰੂ ਹੀ ਅਕਥ ਤੋਂ ਭਾਵ ਕਥਨ ਤੋਂ ਰਹਿਤ ਪਰਮੇਸ਼ਰ ਜੋ ਹੈ ਕਹਾਵੇ ਕਥਨ ਕਰਾ ਦਿੰਦਾ ਹੈ ਸਫਲਿਓ ਬਿਰਖ ਹਰੀ ਆਵਲਾ ਸ਼ਾਵ ਕਣੇਰੀ ਹੋਏ ਸਤਗੁਰੂ ਸਾਹਿਬ ਧਰਮ ਰੂਪੀ ਮੋਢ ਕਰਣਾ ਮੋਦਤਾ ਮੈਤਰੀ ਅਪੇਖਿਆ ਰੂਪੀ ਟਾਣੀਆਂ ਦੇ ਸਹਿਤ ਹਰਾ ਭਰਾ ਭਗਤੀ ਰੂਪ ਹਰਿਆਵਲਾ ਦੇ ਸਹਿਤ ਸਫਲਾ ਬ੍ਰਿਸ਼ ਜਿਸ ਦੀ ਸ਼ਾਂਤੀ ਰੂਪ ਕਣੇਰੀ ਸ਼ਾਂ ਜਿਹੜੀ ਕਣੀ ਸ਼ਾਂ ਹੋਏ ਹੋ ਰਹੀ ਆ ਲਾਲ ਜਵੇ ਹਰ ਮਾਨਕੀ ਗੁਰ ਪੰਡਾਰੈ ਸੋਏ ਜਿਸ ਗੁਰੂ ਰੂਪ ਬ੍ਰਿਸ਼ ਨੂੰ ਮਾਨਕ ਦੀ ਨਿਆਈ ਸ੍ਰਵਣ ਮੰਨਣ ਅਨਿਧਿਆਸਨ ਰੂਪੀ ਪਤੀ ਪ੍ਰੇਮ ਰੂਪੀ ਫੁੱਲ ਜਵੇਹਰ ਦੀ ਨਿਆਈ ਗਿਆਨ ਰੂਪ ਫਲ ਲੱਗੇ ਹੋਏ ਆ ਇਉ ਸਤਿਗੁਰਾਂ ਦੇ ਅੰਤਹਿ ਕਰਨ ਰੂਪੀ ਖਜ਼ਾਨੇ ਵਿੱਚ ਸ਼ੋਭ ਗੁਣ ਸ਼ੋਭ ਨੀਕ ਹੋ ਰਹੇ ਆ ਗੁਰ ਪੰਡਾਰੈ ਪਾਈਐ ਨਿਰਮਲ ਨਾਮ ਪਿਆਰ ਏ ਭਾਈ ਸਤਿਗੁਰਾਂ ਦਾ ਖਜ਼ਾਨਾ ਸਤ ਸੰਗਤ ਹੈ ਇਸ ਨੂੰ ਪ੍ਰਾਪਤ ਕਰਨਾ ਕਰੀਏ ਫਿਰ ਉਸ ਵਿੱਚੋਂ ਸਤਿਗੁਰਾਂ ਦਾ ਜੋ ਹਿਰਦੇ ਰੂਪ ਭੰਡਾਰਾ ਉਸ ਵਿੱਚੋਂ ਮਨ ਨੂੰ ਉਜਲ ਕਰਨ ਵਾਲੇ ਪ੍ਰਭੂ ਦੇ ਨਾਮ ਵਿੱਚ ਪਿਆਰ ਦੀ ਦਾਤ ਪ੍ਰਾਪਤ ਹੁੰਦੀ ਆ ਸਾਚੋ ਵਖਰ ਸੰਚੀਐ ਸਾਚੋ ਵਖਰ ਸੰਚੀਐ ਪੂਰੈ ਕਰਮ ਅਪਾਰ ਜੋ ਲਾਭਦਾਇਕ ਨਾਮ ਰੂਪ ਸੱਚਾ ਸੌਦਾ ਹੈ ਇਸ ਨੂੰ ਹਿਰਦੇ ਵਿੱਚ ਇਕੱਤਰ ਕਰੀਏ ਜਿਨ੍ਹਾਂ ਦੇ ਕਰਮ ਨਿਰਮਲ ਤੇ ਨਿਸ਼ਕਾਮ ਹਨ ਉਨ੍ਹਾਂ ਤੇ ਪੂਰੇ ਸਤਗੁਰਾਂ ਦੀ ਕਿਰਪਾ ਹੁੰਦੀ ਆ ਸਤਗੁਰਾਂ ਦੀ ਕਿਰਪਾ ਨਾਲ ਉਹ ਗੁਰਮਖ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਆ ਸੁਖ ਦਾਤਾ ਦੁੱਖ ਮੇਟਣੋ ਸਤਗੁਰ ਅਸੁਰ ਸੰਘਾਰ ਸਤਗੁਰੂ ਜੀ ਸਾਰੇ ਲੋਕ ਪਰਲੋਕ ਦੇ ਸੁੱਖਾਂ ਦੇ ਦਾਤੇ ਹਨ ਅਤੇ ਜੰਮਣ ਮਰਨ ਦੇ ਦੁੱਖ ਨੂੰ ਮੇਟਣ ਵਾਲੇ ਆ ਸਤਗੁਰੂ ਜੀ ਦੈਤਾਂ ਨੂੰ ਸੰਘਾਰ ਮਾਰਨ ਵਾਲੇ ਆ ਜਿਵੇਂ ਸਤਗੁਰੂ ਜੀ ਨੇ ਪ੍ਰਤੱਖ ਦੈਤਾਂ ਦਾ ਨਾਸ ਕੀਤਾ ਸਤਜੁਗ ਵਿੱਚ ਰਾਖਸ਼ਾਂ ਦਾ ਨਾਸ ਕਰਕੇ ਹਜੂਰ ਸਾਹਿਬ ਵਾਲੀ ਥਾਂ ਤਪ ਕੀਤਾ ਕਸਾਈ ਲੱਖ ਗਊਆਂ ਕਤਲ ਕਰਨ ਲੱਗੇ ਸਨ ਉਹਨਾਂ ਦਾ ਨਾਸ ਕਰਕੇ ਬਿਪੌਰ ਸਾਹਿਬ ਤਪ ਕੀਤਾ ਫਿਰ ਏਮਕੁੰਡ ਸਾਹਿਬ ਜਾ ਕੇ ਤਪੱਸਿਆ ਕੀਤੀ ਭਵਜਲ ਵਿਖਮੜ ਰਾਵਣ ਨਾ ਕੰਦੀ ਨਾ ਪਾਰ ਇਹ ਜੋ ਸੰਸਾਰ ਸਮੁੰਦਰ ਆ ਇਹ ਬਹੁਤ ਹੀ ਕਠਨ ਅਤੇ ਡਰਾਉਣ ਵਾਲਾ ਹੈ ਕਿਉਂਕਿ ਇਸ ਦਾ ਨਾ ਉਰਲਾ ਕਿਨਾਰਾ ਦਿਸਦਾ ਹੈ ਅਤੇ ਨਾ ਹੀ ਪਾਰ ਪਾਰਲਾ ਪਾਸਾ ਦਿਸਦਾ ਹੈ ਨਾ ਤਾਂ ਜੀਵ ਕੋਲ ਵਿਰਾਗ ਰੂਪ ਉਰਲਾ ਕਿਨਾਰਾ ਹੈ ਅਤੇ ਨਾ ਹੀ ਮੁਕਤੀ ਰੂਪ ਪਾਰਲਾ ਪਰਲਾ ਕਿਨਾਰਾ ਹੈ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜਮਲਾਰ ਜੀਵ ਕੋਲ ਆਸਾ ਰੂਪ ਨਦੀ ਤੋਂ ਪਾਰ ਹੋਣ ਲਈ ਭਗਤੀ ਰੂਪ 베ੜੀ ਨਹੀਂ ਹੈ ਤੇ ਨਾ ਹੀ ਤਿਸ ਕਈਏ ਕੋਲ ਸੰਕਲਪਾਂ ਵਿਕਲਪਾਂ ਰੂਪ ਨਾਲਿਆਂ ਤੋਂ ਲੰਘਣ ਲਈ ਪ੍ਰੇਮ ਰੂਪ ਤੁਲਹਾ ਹੈ ਸਤਗੁਰ ਭੈ ਕਾਬੋ ਹਿਥਾ ਨਦਰੀ ਪਾਰ ਉਤਾਰ ਜੋ ਗੁਰਸਿੱਖ ਸਤਗੁਰੂ ਜੀ ਦਾ ਭੈ ਧਾਰਨ ਕਰਦੇ ਆ ਉਹਨਾਂ ਤੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦੇ ਜਹਾਜ਼ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਆ ਇੱਕ ਦਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ ਦੱਸਦੇ ਹਨ ਕਿ ਥੋੜੇ ਮਾਤਰ ਵੀ ਪਿਆਰਾ ਸਨੇਹੀ ਵਾਹਿਗੁਰੂ ਜੇਕਰ ਭੁੱਲ ਜਾਵੇ ਵਿਸਰ ਜਾਵੇ ਤਾਂ ਜੰਮਣ ਮਰਨ ਦਾ ਦੁੱਖ ਉਸ ਪੁਰਖ ਨੂੰ ਲੱਗਦਾ ਹੈ ਤੇ ਉਸ ਦਾ ਸੁੱਖ ਚਲਿਆ ਜਾਂਦਾ ਇੱਕ ਤਿਲ ਮਾਤਰ ਵੀ ਪਿਆਰੇ ਦਾ ਨਾਮ ਹਿਰਦੇ ਵਿੱਚੋਂ ਵਿਸਰ ਜਾਵੇ ਤਾਂ ਦੁੱਖ ਲੱਗ ਜਾਂਦਾ ਹੈ ਤੇ ਸੁੱਖ چلا ਜਾਂਦਾ ਜੇਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਈ ਇਹੋ ਜਹੀ ਸੜਨ ਜੋਗ ਜੇਵਾ ਜਲਾਵਣੀ ਸੜ ਜਾਵੇ ਜੋ ਨਿੰਦਿਆ ਚੁਗਲੀ ਅਤੇ ਈਰਖਾ ਦੀਆਂ ਗੱਲਾਂ ਕਰਦੀ ਹੈ ਇਹੋ ਜਹੀ ਉਸ ਦੀ ਜੇਵਾ ਸੜ ਜਾਵੇ ਜੋ ਵਿਦਵਾਨ ਹੋ ਕੇ ਹਉਮੈ ਤੇ ਈਰਖਾ ਦੇ ਦੂਸਰਿਆਂ ਦੇ ਹਿਰਦੇ ਨੂੰ ਸਾੜਨ ਵਾਲੇ ਬਚਨ ਕੱਢਦਾ ਹੈ ਫਿਰ ਐਸੀ ਜੀਵ ਨੂੰ ਰੱਖ ਕੇ ਕਰਨਾ ਵੀ ਕੀ ਹੈ ਜੋ ਨਾਮ ਦੇ ਰਸਾਏ ਰਸਾਂ ਦੇ ਭਾਵ ਤਦਾਕਾਰ ਹੋ ਕੀ ਪ੍ਰੇਮ ਨਾਲ ਨਹੀਂ ਜਪਦੀ ਉਸ ਦਾ ਤਾਂ ਸੜਨਾ ਹੀ ਭਲਾ ਹੈ ਘਟ ਬਿਨ ਸਹਿ ਦੁੱਖ ਅਗਲੋ ਜਮ ਪਕੜੈ ਪਛਤਾਏ ਨਾਮ ਤੂੰ ਹੀਣਿਆਂ ਦਾ ਜਦੋਂ ਘਟ ਸਰੀਰ ਨਾਸ ਹੁੰਦਾ ਉਦੋਂ ਫਿਰ ਜਾ ਮਾ ਕੇ ਫੜ ਲੈਂਦਾ ਹੈ ਫਿਰ ਇਸ ਨੂੰ ਅਗਲੋ ਕਹੀਏ ਅਗਲੇ ਪਰਲੋਕ ਵਿੱਚ ਬਹੁਤਾ ਦੁੱਖ ਅਗਲੋ ਦਾ ਭਾਵ ਬਹੁਤਾ ਵੀ ਆ ਬਹੁਤੋ ਦੁੱਖ ਪ੍ਰਾਪਤ ਹੁੰਦਾ ਭਾਵ ਜਮ ਸਜਾਵਾਂ ਦਿੰਦੇ ਆ ਬੇਅੰਤ ਕਸ਼ਟ ਭੋਗਦਾ ਆ ਫਿਰ ਪਛਤਾਉਂਦਾ ਕਿ ਮੈਂ ਕੀਮਤੀ ਮਨੁੱਖਾ ਜਨਮ ਐਵੇਂ ਗਵਾ ਲਿਆ ਪਰ ਫਿਰ ਪਛਤਾਉਣ ਨਾਲ ਕੁਝ ਨਹੀਂ ਬਣਦਾ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨਸਾਥ ਅਨੇਕਾਂ ਜੀਵ ਮੇਰੀ ਮੇਰੀ ਕਰਦੇ ਸੰਸਾਰ ਤੋਂ ਚਲੇ ਗਏ ਨਾ ਕਿਸੇ ਦਾ ਤਨ ਸਰੀਰ ਨਾਲ ਗਿਆ ਨਾ ਹੀ ਕਲਤ ਇਸਤਰੀ ਆਦ ਕੋਈ ਵੀ ਨਾਲ ਨਹੀਂ ਗਿਆ ਧਿਆ ਪੁੱਤਰ ਸਭ ਕੁਝ ਇੱਥੇ ਛੱਡ ਕੇ ਜੀਵ ਨੂੰ ਇਹ ਕੱਲੇ ਹੀ ਜਾਣਾ ਪੈਂਦਾ ਬਿਨ ਨਾਵੇ ਧਨ ਬਾਦ ਹੈ ਭੂਲੋ ਮਾਰਗ ਆਤਿ ਪ੍ਰਭੂ ਦੇ ਨਾਮ ਤੋਂ ਬਿਨਾ ਜੋ ਧਨ ਇਕੱਠਾ ਕਰਨਾ ਸਭ ਬਾਦ ਕਹੀਏ ਵਿਅਰਥ ਹੈ ਕਿਉਂਕਿ ਜੇ ਨਾਮ ਤੋਂ ਹੀਣੇ ਮਨੁੱਖ ਕੋਲ ਧਨ ਆ ਜਾਵੇ ਤਾਂ ਉਹ ਹੰਕਾਰੀ ਹੋ ਕੇ ਪਾਪ ਕਰਨ ਲੱਗ ਜਾਂਦਾ ਬਦ ਫੈਲੀਆਂ ਕਰਦਾ ਕਈਆਂ ਤੇ ਝੂਠੇ ਮੁਕੱਦਮੇ ਪਵਾ ਕੇ ਕੈਦ ਕਰ ਛੱਡਦਾ ਇਸ ਪ੍ਰਕਾਰ ਅਨੇਕਾਂ ਤਰ੍ਹਾਂ ਦੇ ਪਾਪਾਂ ਨੂੰ ਜਨਮ ਦੇਣ ਕਰਕੇ ਇਹ ਧਨ ਬੇਅਰਥ ਹੈ ਜੋ ਪਰਉਪਕਾਰ ਇਤਨੀ ਵਰਤਿਆ ਜਾਂਦਾ ਇਹ ਜੀਵ ਆਤਮਾਯਾ ਵਿੱਚ ਲੱਗ ਕੇ ਪਰਮੇਸ਼ਰ ਦੀ ਪ੍ਰਾਪਤੀ ਦੇ ਭਗਤੀ ਮਾਰਗ ਨੂੰ ਭੁੱਲ ਜਾਂਦਾ ਸਾਚੋ ਸਾਹਿਬ ਸੇਵੀ ਹੈ ਗੁਰਮਖ ਅਕਥੋ ਕਾਥ ਸੱਚਾ ਸਾਹਿਬ ਮਾਲਕ ਜੋ ਅਕਾਲ ਪੁਰਖ ਆ ਉਸ ਦਾ ਸੇਵਿਆ ਸੇਵਨ ਕਰੀਏ ਯਾਦ ਕਰੀਏ ਸਿਮਰਨ ਕਰੀਏ ਕਿਉਂਕਿ ਗੁਰਮੁਖ ਮੁਖੀ ਗੁਰੂ ਸਾਹਿਬ ਜੀ ਉਸ ਅਕਥੋ ਅਕਤ ਸਰੂਪ ਦਾ ਕਾਥ ਕਹੀਏ ਕਥਨ ਕਰਕੇ ਦੱਸਦੇ ਹਨ ਆਵੈ ਜਾਏ ਪਵਾਈ ਹੈ ਪਇਏ ਕਿਰਤ ਕਮਾਈ ਨਾਮ ਤੋਂ ਹੀਨੇ ਜੋ ਮਨਮੁਖ ਪੁਰਖ ਹਨ ਉਹ ਆਉਣ ਜਾਣ ਭਾਵ ਜੰਮਣ ਮਰਨ ਵਿੱਚ ਪਵਾਈ ਹੈ 84 ਦੇ ਜੂਨਾ ਵਿੱਚ ਉਹ ਆਏ ਭਾਵ ਕਮਾਏ ਜਾਣਗੇ ਜਿਹੜੀ ਕਮਾਈ ਕੀਤੀ ਹੈ ਉਹ ਮੱਥੇ ਕਿਰਤ ਲੇਖ ਪੈ ਗਿਆ ਉਸ ਕੀਤੀ ਹੋਈ ਕਮਾਈ ਭਾਵ ਕਰਮ ਅਨੁਸਾਰ ਜੋ ਲੇਖ ਲਿਖਿਆ ਜਾਂਦਾ ਉਸ ਦੇ ਅਨਸਾਰ ਜੀਵ ਫਲ ਭੋਗਦਾ ਇਉਂ ਵਾਸ਼ਨਾ ਅਨੁਸਾਰ ਪਏ ਕਿਰਤ ਨੂੰ ਕਮਾਉਂਦਾ ਹੈ ਪੁਰਬ ਲਿਖਿਆ ਕਿਉਂ ਮੇਟੀ ਹੈ ਲਿਖਿਆ ਲੇਖ ਰਜਾਈ ਜੋ ਪੁਰਬਲੇ ਕਰਮ ਅਨੁਸਾਰ ਪ੍ਰਮਾਤਮਾ ਨੇ ਮੱਥੇ ਤੇ ਲੇਖ ਲਿਖਿਆ ਹੈ ਉਹ ਕਿਵੇਂ ਮਿਟ ਸਕਦਾ ਹੈ ਭਾਵ ਨਹੀਂ ਮਿਟ ਸਕਦਾ ਉਸ ਅਨਸਾਰ ਹੀ ਪ੍ਰਭੂ ਨੇ ਜੀਵਾਂ ਨੂੰ ਦੁੱਖ ਸੁੱਖ ਦੇਣਾ ਕੀਤੇ ਹਨ ਬਿਨ ਹਰ ਨਾਮ ਨਾ ਛੁੱਟੀ ਐ ਗੁਰਮਤ ਮਿਲੈ ਮਿਲਾਏ ਸਤਿਗੁਰਾਂ ਕੋਲੋਂ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤੇ ਤੋਂ ਬਿਨਾ ਇਸ ਜੀਵ ਦਾ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਹੋ ਸਕਦਾ ਜੀਵ ਮੁਕਤ ਨਹੀਂ ਹੋ ਸਕਦਾ ਤਿਸ ਬਿਨ ਮੇਰਾ ਕੋ ਨਹੀਂ ਤੇਸ ਬੇਨ ਮੇਰਾ ਕੋ ਨਹੀਂ ਜਿਸ ਕਾ ਜੀਵ ਪ੍ਰਾਨ ਸਾਡੇ ਅੰਦਰ ਐਸਾ ਪ੍ਰੇਮ ਹੋਣਾ ਚਾਹੀਦਾ ਕਿ ਜਿਸ ਵਾਹਿਗੁਰੂ ਦਾ ਦਿੱਤਾ ਹੈ ਇਸ ਸਰੀਰ ਵਿੱਚ ਜੀਵ ਆਤਮਾ ਸੂਖਮ ਸਰੀਰ ਇਹ ਸਵਾ ਚੱਲਦੀ ਆ ਜਿਸ ਦੇ ਪਾਏ ਹੋਏ ਸਰੀਰ ਵਿੱਚ ਪ੍ਰਾਨ ਹਨ ਉਸ ਪ੍ਰਭੂ ਤੋਂ ਬਿਨਾ ਦੁਨੀਆ ਵਿੱਚ ਮੇਰਾ ਕੋਈ ਵੀ ਨਹੀਂ ਆ ਹਮੇ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਜਦੋਂ ਪ੍ਰਭੂ ਨਾਲ ਇਸ ਤਰ੍ਹਾਂ ਪੇਮ ਲੱਗ ਜਾਵੇਗਾ ਤਾਂ ਫਿਰ ਬ੍ਰਹਮ ਅਭਿਆਸ ਦੀ ਅਗਨੀ ਨਾਲ ਦੇਹ ਦੀ ਹੰਗਤਾ ਪਦਾਰਥਾਂ ਦੀ ਮਮਤਾ ਸੜ ਬੜ ਜਾਵੇਗੀ ਪਦਾਰਥਾਂ ਦੇ ਜੋੜਨ ਦਾ ਲੋਭ ਤੇ ਅਭਿਮਾਨ ਹੰਕਾਰ ਜਲੋ ਕਹੀਏ ਸੜ ਜਾਵੇਗਾ ਨਾਨਕ ਸਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਬ੍ਰਹਮ ਦੀ ਵਿਚਾਰ ਕਰੀਏ ਤਾਂ ਗੁਣਾ ਦੇ ਨਿਧਾਨ ਖਜਾਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਈਦਾ ਹੈ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਹਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹ ਹੁਣ ਰਹਾਉ ਵਾਲੀ ਤੁਕ ਵਿੱਚ ਫੁਰਮਾਨ ਕਰਦੇ ਹਨ ਕਿ ਮਨ ਰੇ ਕਿਉ ਛੂਟੈ ਬਿਨ ਪਿਆਰ ਇਹ ਮਨ ਜਿੰਨਾ ਚਿਰ ਤੇਰਾ ਵਾਹਿਗੁਰੂ ਨਾਲ ਪ੍ਰੇਮ ਨਹੀਂ ਨ ਲੱਗਦਾ ਉਹਨਾਂ ਚਿਰ ਤੂੰ ਜੰਮਣ ਮਰਨ ਤੋਂ ਛੁਟ ਨਹੀਂ ਸਕੇਗਾ ਜੇ ਮਨ ਪੁੱਛੇ ਕਿ ਮੈਂ ਪ੍ਰਭੂ ਨਾਲ ਪ੍ਰੀਤੀ ਕਿਸ ਤਰ੍ਹਾਂ ਕਰਾਂ ਤਾਂ ਸਤਿਗੁਰੂ ਜੀ ਪ੍ਰਮਾਣ ਦੇ ਕੇ ਮਨ ਨੂੰ ਪ੍ਰੀਤੀ ਕਰਨ ਦਾ ਢੰਗ ਦੱਸ ਰਹੇ ਆ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਕਮਲੇਹ ਏ ਮੇਰੇ ਮਨ ਪਰਮੇਸ਼ਰ ਨਾਲ ਤੂੰ ਇਹੋ ਜਿਹੀ ਪ੍ਰੀਤੀ ਕਰ ਜਿਸ ਤਰ੍ਹਾਂ ਕਮਲ ਦੀ ਤੇ ਪਾਣੀ ਪਾਣੀ ਹੀ ਦੀ ਹੈ ਕਿਉਂਕਿ ਪਾਣੀ ਨਾਲ ਹੈ ਕਈ ਕਹਿੰਦੇ ਹਨ ਕਿ ਕਮਲ ਦੀ ਸੂਰਜ ਨਾਲ ਪ੍ਰੀਤੀ ਆ ਸਤਿਗੁਰੂ ਜੀ ਦੱਸਦੇ ਕਿ ਕਮਲ ਦਾ ਪਾਣੀ ਨਾਲ ਥਾ ਪਿਆਰ ਹੈ ਲਹਿਰੀ ਨਾਲ ਪਛਾੜੀ ਐ ਭੀ ਵਿਗਸੈ ਅਸਨੇਹ ਫਿਰ ਕਹਿੰਦੇ ਕਮਲ ਨੂੰ ਪਾਣੀ ਲਹਿਰਾਂ ਨਾਲ ਪਛਾੜਦਾ ਭਾਵੇਂ ਕਮਲ ਕਦੇ ਉੱਪਰ ਹੁੰਦਾ ਕਦੇ ਥੱਲੇ ਜਾਂਦਾ ਪਰ ਫਿਰ ਵੀ ਉਹ ਪਾਣੀ ਦੇ ਪ੍ਰੇਮ ਵਿੱਚ ਖੜਿਆ ਰਹਿੰਦਾ ਭੀ ਵਿਗਸੈ ਸਨੇਹ ਉਹ ਆਪਣਾ ਪ੍ਰੇਮ ਨਹੀਂ ਛੱਡਦਾ ਜਲ ਮਹਿ ਜੀ ਉਪਾਇਕੈ ਬਿਨ ਜਲ ਮਰਨ ਤਨੇਹ ਪਰਮੇਸ਼ਰ ਨੇ ਕਮਲ ਦਾ ਜੀਵਨ ਜੀ ਕਈਏ ਜੀਵਨ ਜਲ ਜਿਹੜਾ ਪਾਣੀ ਦੇ ਵਿੱਚ ਪੈਦਾ ਕਰਕੇ ਜਲ ਵਿੱਚ ਹੀ ਇਸਤਤ ਕੀਤਾ ਪਾਣੀ ਤੋਂ ਬਗੈਰ ਤਨੇਹ ਕੀਏ ਤੇ ਇਸ ਕਮਲ ਦਾ ਮਰਨਾ ਹੁੰਦਾ ਪਾਣੀ ਤੋਂ ਬਿਨਾ ਉਹ ਜਿਉਂਦਾ ਨਹੀਂ ਰਹਿ ਸਕਦਾ ਮਨ ਰੇ ਕਿਉਂ ਛੂਟ ਹੈ ਬਿਨ ਪਿਆਰ हे ਮੇਰੇ ਮਨ ਪਰਮਾਤਮਾ ਦੇ ਨਾਲ ਪਿਆਰ ਪੈਦਾ ਕਰੇ ਤੋਂ ਬਿਨਾ ਕੁ ਜਮਾ ਤੋਂ ਕਾਲ ਤੋਂ ਜੂਨਾ ਤੋਂ ਕਾਮ ਕ੍ਰੋਧ ਦੀ ਕੈਤ ਤੋਂ ਇਹਨਾਂ ਤੋਂ ਤ੍ਰਿਸ਼ਨਾ ਤੋਂ ਜਨਮ ਮਰਨ ਤੋਂ ਕਿਵੇਂ ਛੁੱਟੇਗਾ ਨਹੀਂ ਛੁੱਟ ਸਕੇਗਾ ਜੇ ਇਹਨਾਂ ਤੋਂ ਛੁੱਟ ਕੇ ਮੁਕਤ ਹੋਣਾ ਚਾਹੁੰਦਾ ਤਾਂ ਪ੍ਰਭੂ ਨਾਲ ਪਿਆਰ ਕਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਪੰਡਾਰ ਰਹਾਉ ਜੋ ਗੁਰਮੁਖ ਜਨ ਆਪਣੇ ਅੰਦਰ ਹੀ ਪ੍ਰਭੂ ਦੇ ਨਾਮ ਨੂੰ ਉਚਾਰਦੇ ਰਹਿੰਦੇ ਆ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਸਾਸ ਗ੍ਰਾਸ ਵਿਸਰਦਾ ਨਹੀਂ ਗੁਰਮੁਖ ਉਸ ਪ੍ਰਭੂ ਨੂੰ ਆਪਣੇ ਅੰਦਰ ਜਾਣ ਕੇ ਸਦਾ ਹੀ ਉਸ ਦੇ ਨਾਮ ਨੂੰ ਰਵ ਰਹਿਆ ਉਚਾਰਦੇ ਰਹਿੰਦੇ ਆ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਹੈ ਮੇਰੇ ਪਿਆਰੇ ਮਨ ਹਰ ਪਰਮੇਸ਼ਰ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਐਸੇ ਪ੍ਰਭੂ ਨਾਲ ਅਜਹੀ ਪ੍ਰੀਤੀ ਕਰ ਜਿਸ ਤਰ੍ਹਾਂ ਮੱਛੀ ਪਾਣੀ ਨਾਲ ਪ੍ਰੀਤੀ ਕਰਦੀ ਆ ਮੱਛੀ ਦਾ ਪਾਣੀ ਨਾਲ ਐਸਾ ਪ੍ਰੇਮ ਹੈ ਜਿਉਂ ਅਦਕੋ ਤਿਉ ਸੁਖ ਕਣੋ ਮਨ ਤਨ ਸਾਥ ਸਰੀਰ ਜਿਵੇਂ ਪਾਣੀ ਅਦਕੋ ਹੁੰਦਾ ਬਹੁਤਾ ਹੋਵੇ ਓਵੇਂ ਮੱਛੀ ਵੀ ਬਹੁਤਾ ਸੁਖ ਮਾਣਦੀ ਆ ਬੜਾ ਉਹਦੇ ਵਿੱਚ ਆਨੰਦ ਮਾਣਦੀ ਆ ਐਸੇ ਬਹੁਤੇ ਪਾਣੀ ਵਿੱਚ ਰਹਿਣ ਵਾਲੀ ਮੱਛੀ ਦੇ ਮਨ ਦੇ ਤਾਂ ਕਈ ਇਹ ਨਾਲ ਸਮੇਤ ਹੀ ਸਰੀਰ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਆ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ ਜਲ ਤੋਂ ਬਿਨਾ ਮਛਲੀ ਇੱਕ ਘੜੀ ਵੀ ਮਾਤਰ ਵੀ ਜੀਉਂਦੀ ਨਹੀਂ ਰਹਿ ਸਕਦੀ ਪਾਣੀ ਨਾਲੋਂ ਵਿਛੜ ਕੇ ਜੋ ਮੱਛੀ ਦੀ ਹਾਲਤ ਹੁੰਦੀ ਉਸ ਦੇ ਅਬ ਐੜਾ ਪੱਬਾ ਥੋੜਾ ਜਿਹਾ ਭਾਰਾ ਬੋਲਣਾ ਹੈ ਅਬ ਕਹਿੰਦੇ ਹਿਰਦੇ ਦੀ ਅਬ ਹੁੰਦਾ ਹਿਰਦਾ ਉਹਦੇ ਹਿਰਦੇ ਦੀ ਪੀੜਾ ਨੂੰ ਪ੍ਰਭੂ ਹੀ ਫਿਰ ਜਾਣਦਾ ਜਦੋਂ ਪਾਣੀ ਘਟ ਹੁੰਦਾ ਕਿਉਂਕਿ ਹੋਰ ਕੋਈ ਨਹੀਂ ਪਾਣੀ ਮੱਛੀ ਦੀ ਪੀੜ ਨਹੀਂ ਸਮਝ ਸਕਦਾ ਕਿਉਂਕਿ ਪਾਣੀ ਦਾ ਮੱਛੀ ਨਾਲ ਪ੍ਰੇਮ ਨਹੀਂ ਪਾਣੀ ਦੇ ਕਦੇ ਖਿਆਲ ਨਹੀਂ ਕੀਤਾ ਮੱਛੀ ਮੇਰੇ ਨਾਲ ਦਿਨੋਂ ਪ੍ਰੇਮ ਕਰਦੀ ਹੈ ਮੈਂ ਇਸ ਦੀ ਰੱਖਿਆ ਕਰਾਂ ਇਸ ਨੂੰ ਫੰਦਕਾਂ ਤੋਂ ਬਚਾਵਾਂ ਪਾਣੀ ਨਹੀਂ ਪ੍ਰੀਤ ਕਰਦਾ ਪਰ ਮੱਛੀ ਕਰਦੀ ਹੈ ਇਹ ਇਕੰਗੀ ਪ੍ਰੀਤੀ ਹੈ ਪਰ ਪਰਮੇਸ਼ਰ ਇਸ ਤਰ੍ਹਾਂ ਦਾ ਨਹੀਂ ਆ ਉਹ ਪ੍ਰਭੂ ਤਾਂ ਦਿਲ ਦੀ ਪੀੜਾ ਨੂੰ ਜਾਣਨ ਵਾਲਾ ਦੁੱਖਾਂ ਨੂੰ ਮੇਟਣ ਵਾਲਾ ਪ੍ਰਭੂ ਨੇ ਆਪਣੇ ਅਨੰਤ ਭਗਤਾਂ ਦੀ ਰੱਖਿਆ ਕੀਤੀ ਹੈ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਰੇ ਮਨ ਭਾਵ ਹੈ ਮੇਰੇ ਮਨਾ ਤੂੰ ਹਰੀ ਪਰਮੇਸ਼ਰ ਨਾਲ ਇਹੋ ਜਿਹੀ ਪ੍ਰੀਤੀ ਕਰ ਜਿਹੋ ਜਹੀ ਚਾਤ੍ਰਿਕ ਬੰਬੀਹੇ ਦੀ ਤੇ ਮੇਹ ਹੁੰਦਾ ਬੱਦਲ ਦੀ ਬੱਦਲ ਨਾਲ ਬੰਬੀਹੇ ਦੀ ਪ੍ਰੀਤੀ ਹੈ ਸਰ ਭਰ ਥਲ ਹਰੀਆਵਲੇ ਸਰ ਭਰ ਥਲ ਹਰੀਆਵਲੇ ਇੱਕ ਬੂੰਦ ਨਾ ਪਵਈ ਕੇਹ ਕਹਿੰਦੇ ਜਦੋਂ ਮੀਂਹ ਪੈਂਦਾ ਤਾਂ ਸਾਰ ਸरोवर ਪਾਣੀ ਨਾਲ ਭਰ ਜਾਂਦੇ ਤੇ ਵਰਖਾ ਪੈਣ ਕਰਕੇ ਮਾਰੂਥਲ ਦੇ ਜੋ ਟਿੱਬਿਆਂ ਵਾਲੇ ਖੁਸ਼ਕ ਇਲਾਕੇ ਆ ਉਹ ਵੀ ਹਰੇ ਭਰੇ ਹੋ ਜਾਂਦੇ ਪਰ ਜੇਕਰ ਬਬੀਹੇ ਨੂੰ ਇੱਕ ਸੰਤਿ ਬੂੰਦ ਦੀ ਪ੍ਰਾਪਤੀ ਨਹੀਂ ਹੋਈ ਉਹ ਬੂੰਦ ਬੱਦਲ ਵਿੱਚੋਂ ਨਹੀਂ ਵਰਸੀ ਤਾਂ ਇਤਨਾ ਵਰਸਿਆ ਹੋਇਆ ਪਾਣੀ ਕਿਹ ਕਹੇ ਕਿਸ ਗਿਣਤੀ ਵਿੱਚ ਆ ਭਾਵੇਂ ਇਹ ਪਾਣੀ ਬਬੀਹੇ ਦੇ ਕਿਸੇ ਕੰਮ ਨਹੀਂ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇਹ ਇਸ ਪ੍ਰਕਾਰ ਜੇ ਬਬੀਹੇ ਦੇ ਚੰਗੇ ਕਰਮ ਹੋਣ ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਉਹ ਸੁਵੰਤੀ ਬੂੰਦ ਪ੍ਰਾਪਤ ਕਰਕੇ ਆਪਣੀ ਪਿਆਸ 부ਝਾ ਲੈਂਦਾ ਨਹੀਂ ਤਾਂ ਉਸ ਦਾ ਕਿਰਤ ਹੀ ਅਜਿਹਾ ਲਿਖਿਆ ਪਿਆ ਹੈ ਕਿ ਉਹ ਸੁਵੰਤੀ ਬੂੰਦ ਨੂੰ ਤਰਸਦਾ ਆਪਣੇ ਸਿਰ ਦੇ ਆਪਣਾ ਸਿਰ ਦੇ ਦਿੰਦਾ ਪਾ ਮਰ ਜਾਂਦਾ ਹੈ ਜੇਕਰ ਬਬੀਹਾ ਸਵਾਂਦੀ ਬੂੰਦੀ ਭਾਲ ਵਿੱਚ ਧੂਏ ਦੇ ਬਦਲ ਜਾਣ ਕੇ ਉਸ ਵਿੱਚ ਜਾਵੜੇ ਤਾਂ ਉਸ ਦਾ ਕਰਮੀ ਇਹੋ ਜਿਹਾ ਪਿਆ ਹੁੰਦਾ ਕਿ ਉਸ ਦੀਆਂ ਅੱਖਾਂ ਮਾਰੀਆਂ ਜਾਂਦੀਆਂ ਤੇ ਅੱਗ ਵਿੱਚ ਆਪਣਾ ਸਿਰ ਦੇ ਦਿੰਦਾ ਭਾਅ ਮਰ ਜਾਂਦਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਏ ਮੇਰੇ ਪਿਆਰੇ ਮਨ ਤੂੰ ਪਰਮੇਸ਼ਰ ਨਾਲ ਐਸੀ ਪ੍ਰੀਤ ਕਰ ਜਿਸ ਤਰ੍ਹਾਂ ਜਲ ਤੇ ਦੁੱਧ ਦੀ ਪ੍ਰੀਤੀ ਹੈ ਜਲ ਤੇ ਦੁੱਧ ਦੀ ਦੋ ਅੰਗੀ ਪ੍ਰੀਤੀ ਹੈ ਜੇ ਦੁੱਧ ਵਿੱਚ ਪਾਣੀ ਪਾ ਦਈਏ ਤਾਂ ਦੁੱਧ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਪਰ ਜੇ ਵਿੱਚ ਖਟਿਆਈ ਪੈ ਜਾਵੇ ਤਾਂ ਦੁੱਧ ਤੋਂ ਪਾਣੀ ਵੱਖਰਾ ਹੋ ਜਾਂਦਾ ਇਸੇ ਪ੍ਰਕਾਰ ਜੇ ਦੁੱਧ ਦਾ ਰੂਪ ਖਟਿਆਈ ਪੈ ਗਈ ਤਾਂ ਫਿਰ ਤੇਰਾ ਪਰਮੇਸ਼ਰ ਨਾਲ ਪਿਆਰ ਨਹੀਂ ਰਹੇਗਾ ਆ ਵਟਣ ਆਪੇ ਖਵੇ ਦੁੱਧ ਕੋ ਖੱਪਣ ਨਾ ਦੇ ਕਹਿੰਦੇ ਜਦੋਂ ਕਾੜਨੀ ਵਿੱਚ ਪਾ ਕੇ ਦੁੱਧ ਨੂੰ ਆਗ ਉਤੇ ਰੱਖਿਆ ਜਾਂਦਾ ਤਾਂ ਪਾਣੀ ਜਿਹੜਾ ਵਾ ਉਹ ਆ ਵਟਣ ਭਾਵ ਉਬਾਲਿਆਂ ਨੂੰ ਖਵੇ ਸਹਾਰਦਾ ਹੈ ਪਰ ਦੁੱਧ ਨੂੰ ਆਗ ਨਾਲ ਖਪਣ ਸੜ ਨਹੀਂ ਦਿੰਦਾ ਆਪ ਸੜਦਾ ਰਹਿੰਦਾ ਵਾ ਜਦੋਂ ਦੁੱਧ ਦੇਖਦਾ ਹੈ ਕਿ ਪਾਣੀ ਮੇਰੇ ਪਿੱਛੇ ਕੱਠ ਸਹਿ ਰਿਆ ਤਾਂ ਆਪਣੇ ਪਿਆਰੇ ਦੀ ਰੱਖਿਆ ਲਈ ਆਗ ਨੂੰ ਬੁਝਾਉਣ ਵਾਸਤੇ ਭਾਂਡੇ ਤੋਂ ਬਾਹਰ ਨੂੰ ਆਉਂਦਾ ਹੈ ਆਪੇ ਮੇਲ ਵਿਛੁੰਨਿਆ ਸੱਚ ਵੜਿਆਈ ਦੇ ਫਿਰ ਜਦੋਂ ਬਾਹਰ ਆਉਂਦੇ ਦੁੱਧ ਨੂੰ ਉੱਪਰੋਂ ਪਾਣੀ ਦਾ ਛਿੱਟਾ ਮਾਰੀਏ ਦੁੱਧ ਆਪਣੇ ਵਿਚੜਦੇ ਹੋਏ ਪਿਆਰੇ ਨੂੰ ਮਿਲ ਕੇ ਫਿਰ ਸ਼ਾਂਤ ਹੋ ਜਾਂਦਾ ਦੁੱਧ ਤੇ ਪਾਣੀ ਦੀ ਇਹ ਸੱਚੀ ਪ੍ਰੀਤੀ ਵੜਿਆਈ ਦੇ ਜੋਗ ਹੈ ਇਹ ਪ੍ਰਮਾਣ ਦੇ ਕੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ ਕਿ ਹੇ ਮਨ ਤੂੰ ਵੀ ਪ੍ਰਭੂ ਨਾਲ ਐਸੀ ਪ੍ਰੀਤ ਕਰ ਜਿਹੋ ਜੀ ਜਲ ਅਤੇ ਦੁੱਧ ਦੀ ਹੈ ਪਰਮੇਸ਼ਰ ਨੂੰ ਦੁੱਧ ਸਮਝ ਕੇ ਆਪ ਜਲਦੀ ਨਹੀਂ ਹੋ ਕੇ ਉਸ ਨਾਲ ਪ੍ਰੀਤੀ ਕਰ ਰੇ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਚੱਕਵੀ ਸੂਰ ਏ ਮੇਰੇ ਪਿਆਰੇ ਮਨਾ ਪਰਮੇਸ਼ਰ ਨਾਲ ਇਹੋ ਜਿਹੀ ਪ੍ਰੀਤੀ ਸਨੇਹ ਕਰ ਜਿਹੋ ਜਿਹੀ ਚੱਕਵੀ ਸੂਰ ਸੂਰਜ ਨਾਲ ਕਰਦੀ ਹੈ ਕਿਉਂਕਿ ਜਿਤਨਾ ਚਿਰ ਸੂਰਜ ਨਹੀਂ ਚੜਦਾ ਉਨਾ ਚਿਰ ਚੱਕਵੀ ਤੇ ਚੱਕਵੇ ਦਾ ਮੇਲ ਨਹੀਂ ਹੋ ਸਕਦਾ ਖੇਨ ਪਾਲ ਨੀਂਦ ਨਾ ਸੋਵਈ ਜਾਣੇ ਦੂਰ ਹਜੂਰ ਇਸ ਲਈ ਚੱਕਵੀ ਸਾਰੀ ਰਾਤ ਪਲਤੋਂ ਖੇਨ ਨਿੰਮਖ ਜਿੰਨੇ ਸਮੇਂ ਦੀ ਨੀਂਦ ਵਿੱਚ ਵੀ ਨਾ ਸੋਵਈ ਸੌਂਦੀ ਨਹੀਂ ਆ ਕਿਉਂਕਿ ਜਾਣੇ ਦੂਰ ਹਜੂਰ ਆਪਣੇ ਪਤੀ ਨੂੰ ਚੱਕਵੇ ਨੂੰ ਬੜਾ ਦੂਰ ਜਾਣਦੀ ਆ ਮਨਮੁਖ ਸੂਜੀ ਨਾ ਪਵੇ ਗੁਰਮੁਖ ਸਦਾ ਹਜੂਰ ਇਸੇ ਤਰ੍ਹਾਂ ਦੱਸਦੇ ਹਨ ਕਿ ਜੋ ਮਨਮੁਖ ਲੋਕ ਹਨ ਉਹਨਾਂ ਨੂੰ ਪਰਮੇਸ਼ਰ ਦੀ ਸਮਝ ਨਹੀਂ ਪੈਂਦੀ ਉਹ ਪਰਮੇਸ਼ਰ ਨੂੰ ਜਾਣ ਨਹੀਂ ਸਕਦੇ ਪਰ ਜੋ ਗੁਰਮੁਖ ਹਨ ਉਹ ਸਦਾ ਹੀ ਦ੍ਰਿਸ਼ਟਾ ਰੂਪ ਪ੍ਰਭੂ ਨੂੰ ਨੇੜੇ ਤੋਂ ਨੇੜੇ ਸਮਝਦੇ ਹਨ ਪਰਮੇਸ਼ਰ ਹਰ ਵਕਤ ਉਹਨਾਂ ਦੇ ਨੇੜੇ ਤੋਂ ਨੇੜੇ ਹੈ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੁ ਹੋਏ ਮਨਮੁਖਾਂ ਦੀ ਇਹ ਆਦਤ ਹੈ ਕਿ ਉਹ ਥੋੜੇ ਜਿਹੇ ਸਾਧਨ ਕਰਕੇ ਗਿਣਤੀਆਂ ਨੂੰ ਹੀ ਗਿਣਾਉਂਦੇ ਰਹਿੰਦੇ ਆ। ਭਾਵ ਆਪਣੇ ਆਪ ਨੂੰ ਜਿਤਾਉਂਦੇ ਰਹਿੰਦੇ ਆ ਕਿ ਮੈਂ ਇੰਨੀ ਤਪੱਸਿਆ ਕੀਤੀ, ਇੰਨੀਆਂ ਧੂਣੀਆਂ ਤਾਈਆਂ, ਜਲ ਧਾਰੇ ਕੀਤੇ, ਚੰਗੇ ਕੰਮ ਕੀਤੇ, ਮੈਂ ਇਹਨੇ ਵਰਤ ਰੱਖੇ। ਕਦੇ ਵੀ ਮਨਮੁਖੋਂ ਮੇਂ ਨਹੀਂ ਛੱਡਦੇ। ਪਰ ਜੋ ਗੁਰਮਖੋਂ ਉਹਨਾਂ ਦਾ ਐਸਾ ਨਿਸ਼ਚਾ ਹੁੰਦਾ ਕਿ ਜੋ ਕਰਤਾਪੁਰਖ ਵਾਹਿਗੁਰੂ ਕਰਦਾ ਉਹੀ ਹੁੰਦਾ ਵਾ। ਜੋ ਮਨਮੁਖਾਂ ਦੇ ਕਰਮਾਂ ਅਨਸਾਰ ਕਰਤਾਪੁਰਖ ਉਹਨਾਂ ਨੂੰ ਫਲ ਦੇਣਾ ਕਰਦਾ ਹੈ, ਉਹੀ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ। ਤਾ ਕੀ ਕੀਮਤ ਨਾ ਪਵੇ ਜੇ ਲੋਚੈ ਸਭ ਕੋਈ ਉਸ ਪਰਮੇਸ਼ਵਰ ਵਾਹਿਗੁਰੂ ਦੀ ਕੀਮਤ ਕਿਸੇ ਪਾਸੋਂ ਨਹੀਂ ਪਾਈ ਜਾਂਦੀ ਭਾਵੇਂ ਸਭ ਕੋਈ ਹਰ ਕੋਈ ਹੀ ਚਾਹੁੰਦਾ ਹੈ ਕਿ ਮੈਨੂੰ ਪ੍ਰਭੂ ਪ੍ਰਾਪਤ ਹੋ ਜਾਵੇ ਪਰ ਨਿਸ਼ਕਾਮ ਕਰਮਾ ਤੇ ਗੁਰੂ ਕਿਰਪਾ ਬਿਨਾਂ ਪ੍ਰਾਪਤ ਨਹੀਂ ਹੁੰਦਾ ਗੁਰਮਤ ਹੋਏ ਤਪਾਈਐ ਸੱਚ ਮਿਲੈ ਸੁਖ ਹੋਇ ਜੇ ਸਤਗੁਰਾਂ ਦੀ ਸਿੱਖਿਆ ਅੰਦਰ ਹੋਵੇ ਤਾਂ ਸੱਚੇ ਪ੍ਰਭੂ ਦੀ ਪ੍ਰਾਪਤੀ ਰੂਪਕੀਮਤ ਪਾਈਦੀ ਹੈ ਅਤੇ ਸੱਚੇ ਪ੍ਰਮਾਤਮਾ ਨੂੰ ਮਿਲਣ ਕਰਕੇ ਬ੍ਰਹਮ ਆਨੰਦ ਰੂਪ ਅਭੇਦਤਾ ਰੂਪ ਸੁਖ ਪ੍ਰਾਪਤ ਹੁੰਦਾ ਹੈ ਸੱਚਾ ਨੇਹ ਨਾ ਟੁੱਟਾਈ ਜੇ ਸਤਗੁਰ ਭੇਟੈ ਸੋਏ ਜੇਕਰ ਉਹ ਬ੍ਰਹਮ ਸ੍ਰੋਤਰੀ ਬ੍ਰਹਮ ਨੇਸ਼ਤੀ ਸਤਗੁਰੂ ਸੱਚੇ ਗੁਰੂ ਮਿਲ ਪੈਣ ਸੱਚੇ ਵਾਹਿਗੁਰੂ ਦਾ ਪ੍ਰੇਮ ਟੁੱਟਦਾ ਨਹੀਂ ਜੈਸਾ ਕਿ ਭਾਈ ਮਤੀ ਦਾਸ ਜੀ ਆਰੇ ਨਾਲ ਤਾਂ ਚੀਰੇ ਗਏ ਪਰ ਪ੍ਰੇਮ ਨਹੀਂ ਛੱਡਿਆ ਭਾਈ ਤਾਰੂ ਸਿੰਘ ਜੀ ਖੋਪਰ ਤਾਂ ਲਵਾ ਲਿਆ 22 ਦਿਨ ਸਮਾਧੀ ਲਾ ਕੇ ਬੈਠੇ ਰਹੇ ਭਾਈ ਮਨੀ ਸਿੰਘ ਜੀ ਨੇ ਬੰਦਬੰਦ ਤਾਂ ਕਟਵਾ ਲੇ ਫਿਰ ਵੀ ਸੁਖਨੀ ਸਾਹਿਬ ਦਾ ਪਾਠ ਹੁੰਦਾ ਰਿਹਾ ਭਾਵੇਂ ਅਸ਼ਟ ਅਸ਼ਟਵਧੀਆਂ ਹੁੰਦਿਆਂ ਸੀਸ سمیت ਬੰਦਬੰਦ ਕਟਿਆ ਗਿਆ ਸੀ ਇਸ ਪ੍ਰਕਾਰ ਜਿਸ ਦੇ ਅੰਦਰ ਸੱਚਾ ਪ੍ਰੇਮ ਹੈ ਉਹ ਬੰਦ-ਬੰਦ ਕਟਿਆਂ ਤੋਂ ਵੀ ਆਪਣੇ ਪਿਆਰੇ ਪ੍ਰਭੂ ਦਾ ਜਾਪ ਕਰਦੇ ਰਹਿੰਦੇ ਆ ਉਹਨਾਂ ਦਾ ਸੱਚੇ ਪ੍ਰੇਮ ਸੱਚੇ ਦਾ ਪ੍ਰੇਮ ਸਰੀਰ ਦੇ ਟੁਕੜੇ ਟੁੱਟਣ ਕਰਕੇ ਵੀ ਟੁਕੜਿਆਂ ਵਿੱਚੋਂ ਵੀ ਬੰਦ ਨਹੀਂ ਹੁੰਦਾ ਉਹ ਟੁਕੜਿਆਂ ਦੇ ਵਿੱਚੋਂ ਵੀ ਜਾਪ ਦੀ ਆਵਾਜ਼ ਆਈ ਜਾਂਦੀ ਪਰ ਇਹ ਪ੍ਰੇਮ ਦੀ ਦਾਤ ਤਾਂ ਪ੍ਰਾਪਤ ਹੁੰਦੀ ਹੈ ਜੇਕਰ ਜਿਗਿਆਸੂ ਸਤਗੁਰਾਂ ਨੂੰ ਮਿਲ ਜਵੇ ਗਿਆਨ ਪਦਾਰਥ ਪਾਈ ਹੈ ਤ੍ਰਿ ਭਵਨ ਸੋਜੀ ਹੋਏ ਫਿਰ ਜਦੋਂ ਸਤਿਗੁਰਾਂ ਕੋਲੋਂ ਗਿਆਨ ਪਦਾਰਥ ਦੀ ਪ੍ਰਾਪਤੀ ਹੁੰਦੀ ਆ ਤਾਂ ਤਿੰਨਾਂ ਲੋਕਾਂ ਦੀ ਸੋਝੀ ਗਈ ਹੈ ਗਿਆਤ ਹੋ ਆਉਂਦੀ ਆ ਸਵਰਗ ਲੋਕ ਮਾਤ ਲੋਕ ਪਤਾਲ ਲੋਕ ਇਹਨਾਂ ਵਿੱਚ ਕੀ ਹੋ ਰਿਹਾ ਜਿਸ ਤਰ੍ਹਾਂ ਅੱਖ ਅੱਖਾਂ ਨਾਲ ਸਾਹਮਣੇ ਪਈ ਚੀਜ਼ ਦੇਖ ਲਈਦੀ ਨਾ ਇਸ ਤਰ੍ਹਾਂ ਇਹਨਾਂ ਤਿੰਨਾਂ ਲੋਕਾਂ ਦਾ ਵਰਤਾਰਾ ਦਿਸਦਾ ਫਿਰ ਕੋਈ ਵੀ ਗੱਲ ਫਿਰ ਲੁਕੀ ਜਾਂ ਛਿਪੀ ਨਹੀਂ ਰਹਿੰਦੀ ਜਿਵੇਂ ਜਿਸ ਤਰ੍ਹਾਂ ਤੁਲਸਾ ਦਾਸੀ ਨੂੰ ਮਾਤਾ ਤ੍ਰਿਪਤਾ ਜੀ ਨੇ ਸਤਗੁਰਾਂ ਨੂੰ ਬੁਲਾਉਣ ਲਈ ਭੇਜਿਆ ਕਿ ਆ ਕੇ ਪ੍ਰਸ਼ਾਦਾ ਛਕ ਲੈਣ ਤੁਲਸਾ ਨੇ ਆਰਾਮ ਕਰਦੇ ਜਾਣ ਕੇ ਸਤਗੁਰਾਂ ਨੂੰ ਉਠਾਉਣ ਲਈ ਚਰਨਾ ਤੇ ਮੱਥਾ ਟੇਕਿਆ ਤੇ ਸੁੰਦਰ ਚਰਨ ਵੇਖ ਕੇ ਉਹਨਾਂ ਨੂੰ ਚੱਟਣ ਲੱਗ ਪਈ ਚਰਨ ਚੱਟਣ ਨਾਲ ਹੀ ਤੁਲਸਾ ਨੂੰ ਤਿੰਨੇ ਲੋਕਾਂ ਦੀ ਸੋਝੀ ਹੋ ਗਈ ਉਸ ਨੂੰ ਪਤਾ ਲੱਗ ਗਿਆ ਕਿ ਤਿੰਨੇ ਲੋਕਾਂ ਵਿੱਚ ਇੱਥੋਂ ਤੱਕ ਕਿ ਬ੍ਰਹਮ ਲੋਕ ਵਿੱਚ ਕੀ ਹੁੰਦਾ ਹੈ ਜਦੋਂ ਨਿਗਾਹ ਸਮੁੰਦਰ ਵਿੱਚ ਗਈ ਤਾਂ ਕੀ ਦੇਖਦੀ ਹੈ ਕਿ ਸਤਗੁਰੂ ਜੀ ਆਪਣੇ ਕਿਸੇ ਪਿਆਰੇ ਸਿੱਖ ਲਾਹੌਰ ਦੇ ਰਹਿਣ ਵਾਲੇ ਮਨਸੁਖ ਸ਼ਾਹੂਕਾਰ ਦੇ ਜਹਾਜ਼ ਨੂੰ ਆਪਣਾ ਮੋਢਾ ਲਾ ਕੇ ਕੰਡੇ ਲਾਉਣ ਲਈ ਸੰਗਲਾਦੀਪ ਵੱਲ ਨੂੰ ਲਿਜਾ ਰਹੇ ਹਨ ਅਤੇ ਮਨਸੁਖ ਅਰਦਾਸ ਵਿੱਚ ਜੁੜਿਆ ਹੋਇਆ ਹੈ ਤੁਲਸਾ ਝਟ ਮੁੜਾਈ ਤੇ ਆ ਕੇ ਮਾਤਾ ਜੀ ਨੂੰ ਸਭ ਕੁਝ ਦੱਸ ਦਿੱਤਾ ਕਿ ਮਾਤਾ ਜੀ ਤੁਹਾਡੇ ਪੁੱਤਰ ਤਾਂ ਸਿੱਖ ਦਾ ਜਹਾਜ਼ ਕੰਡੇ ਲਾਉਣ ਸਮੁੰਦਰ ਵਿੱਚ ਗਏ ਹੋਇਆ ਮੈਂ ਉਹਨਾਂ ਨੂੰ ਇਸ ਕਰਕੇ ਨਹੀਂ ਜਗਾਇਆ ਕਿ ਸਿੱਖ ਦਾ ਕਾਰਜ ਵਿਚਾਲੇ ਨਾ ਰਹਿ ਜਾਵੇ ਮਾਤਾ ਜੀ ਇਹ ਸੁਣ ਕੇ ਥੋੜਾ ਗੁੱਸੇ ਨਾਲ ਆਪ ਗਏ ਤੇ ਸਤਗੁਰਾਂ ਨੂੰ ਟੰਬ ਕੇ ਜਗਾਇਆ ਤੇ ਪ੍ਰਸ਼ਾਦਾ ਛਕਾ ਕੇ ਕਹਿਣ ਲੱਗੇ ਕਿ ਪੁੱਤਰ ਜੀ ਤੁਹਾਡੀ ਹਾਲਤ ਦੇਖ ਕੇ ਹੁਣ ਘਰ ਦੀ ਦਾਸੀ ਵੀ ਮੈਨੂੰ ਮਸ਼ਕਰੀਆਂ ਮਖੌਲ ਕਰਦੀ ਹੈ ਹਜੂਰ ਕਹਿਣ ਲੱਗੇ ਕਿ ਮਾਤਾ ਜੀ ਦਾਸੀ ਕੀ ਕਹਿੰਦੀ ਹੈ ਮਾਤਾ ਨੇ ਦੱਸਿਆ ਕਿ ਇਹ ਕਹਿੰਦੀ ਸੀ ਕਿ ਤੁਸੀਂ ਕਿਸੇ ਸਿੱਖ ਦਾ ਜਹਾਜ਼ ਬੰਨੇ ਲਾਉਣ ਗਏ ਹੋ ਭਾਵ ਸੰਗਲਾ ਦੀਪ ਗਏ ਹੋਏ ਸੀ ਹਜੂਰ ਨੇ ਸੋਚਿਆ ਕਿ ਇਸ ਤੋਂ ਇਹ ਸ਼ਕਤੀ ਹਜਮ ਨਹੀਂ ਹੋਣੀ ਇਹ ਅਜਰ ਨੂੰ ਜਰ ਨਹੀਂ ਸਕੇਗੀ ਤੁਲਸਾ ਸਤਿਗੁਰਾਂ ਨੇ ਬਚਨ ਕੀਤਾ ਕਿ ਮਾਤਾ ਜੀ ਇਹੋ ਜਹੀ ਕਮਲੀ ਚਮਲੀ ਦੀਆਂ ਗੱਲਾਂ ਤੇ ਭਰੋਸਾ ਨਹੀਂ ਕਰੀਦਾ ਇੰਨਾ ਬਚਨ ਕਹਿਣ ਦੀ ਧੀਰ ਸੀ ਤੁਲਸਾ ਸੰਸਾਰ ਵੱਲੋਂ ਕਮਲੀ ਹੋਗੀ ਭਾਵ ਉਦਾਸ ਹੋਗੀ ਜਿਹੜੀ ਆ ਦੁਨੀਆਂ ਵਾਲੇ ਕਮਲੇ ਉਹ ਕਮਲੀ ਨਹੀਂ ਹੋਈ ਸੋਜੀ ਸਾਰੀ ਹੈ ਤੁਲਸਾ ਨੂੰ ਪਰ ਦੁਨੀਆਂ ਵੱਲੋਂ ਦੱਸਣੋਂ ਰਹਿ ਗਈ ਉਹ ਗੱਲਾਂ ਬਾਤਾਂ ਭਾਵ ਜਿਸ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਾ ਕਿ ਮਨ ਉਦਾਸ ਹੋ ਗਿਆ ਅੰਦਰ ਮਨ ਅੰਦਰ ਬੈਠਣ ਲੱਗ ਗਿਆ ਆਪਣੇ ਮਨ ਦੇ ਨਾਲ ਹੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪ੍ਰੇਸ਼ਾਨੀ ਮਾਹੇ ਵਾਲੀ ਭਾਵਨਾ ਬਣ ਗਈ ਪਰ ਉਸ ਦੀ ਸੁਰਤ ਚੌਥੇ ਪਾਦ ਵਿੱਚ ਪਹੁੰਚਾ ਦਿੱਤੀ ਸੀ ਅੰਤ ਨੂੰ ਜੰਮਣ ਮਰਨ ਤੋਂ ਰਹਿਤ ਹੋ ਕੇ ਪਰਮੇਸ਼ਰ ਵਿੱਚ ਭੇਦ ਹੋ ਗਈ ਨਿਰਮਲ ਨਾਮ ਨਾ ਵੀਸਰੈ ਜੇ ਗੁਣ ਕਾ ਗਾਹਕ ਹੋਏ ਜੇਕਰ ਕੋਈ ਜਿਗਿਆਸੂ ਸਾਧ ਸੰਤੋਖ ਆਦਿ ਸ਼ੁਭ ਗੁਣਾ ਦਾ ਗਾਹਕ ਖਰੀਦਦਾਰ ਹੋਵੇ ਉਸ ਨੂੰ ਉੱਜਲ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ ਖੇ ਲਗਏ ਸੇ ਪੰਖਣੂ ਜੋ ਚੁਗਦੇ ਸਰ ਤਲ ਇਸ ਸੰਸਾਰ ਅਚਲ ਨਹੀਂ ਰਹਿਣਾ ਕਿਉਂਕਿ ਇੱਥੋਂ ਜੋ ਪੰਖਣੂ ਪੰਛੀ ਵੀ ਖੇਡਾਂ ਖੇੜਦੇ ਚਲੇਗੇ ਜਿਹੜੇ ਸਾਰ ਸਮੁੰਦਰਾਂ ਦੇ ਕਿਨਾਰਿਆਂ ਦੀ ਤਲ ਜਗਾ ਤੇ ਚੋਗਾ ਚੁਗਦੇ ਸਨ ਉਹ ਵੱਡੇ ਵੱਡੇ ਪੰਛੀਆਂ ਰੂਪ ਰਾਜੇ ਵੀ ਦੁਨੀਆ ਵਿੱਚ ਵਿਸ਼ਿਆਂ ਦੀਆਂ ਖੇਡਾਂ ਖੇਡਦੇ ਹੋਏ ਐਸ ਪ੍ਰਸਤੀ ਕਰਦੇ ਹੋਏ ਚੱਲੇ ਗਏ ਜਿਨ੍ਹਾਂ ਦੇ ਕੋਲ ਫੌਜਾਂ ਰੂਪ ਖੰਭ ਸਨ ਅਤੇ ਜਿਨ੍ਹਾਂ ਦਾ ਸਮੁੰਦਰ ਦੇ ਤਲਿਆਂ ਤੱਕ ਰਾਜ ਚੱਲਦਾ ਸੀ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਇਹ ਜੀਵ ਪਤਾ ਨਹੀਂ ਕਿ ਤੂੰ ਘੜੀ ਨੂੰ ਚੱਲਣਾ ਹੈ ਕਿ ਮੋਹਤ ਅਧੀ ਘੜੀ ਨੂੰ ਚੱਲਣਾ ਇਥੋਂ ਕੂਚ ਕਰਨਾ ਇਹ ਵੀ ਨਹੀਂ ਪਤਾ ਕਿ ਅੱਜ ਹੀ ਸੰਸਾਰ ਰੂਪੀ ਖੇਡ ਤੋਂ ਚੱਲਣਾ ਚਲੇ ਜਾਣਾ ਜਾਂ ਕੱਲ ਕਈ ਇਹ ਕਾਲ ਦਾ ਕੀ ਪਤਾ ਜਦੋਂ ਆਜੂ ਦਾ ਕਾਲ ਗਿਆ ਤਾਂ ਅੱਜ ਜਾਂ ਕੱਲ ਨੂੰ ਸੰਸਾਰ ਰੂਪੀ ਖੇਡ ਨੇ ਚਲੇ ਜਾਣਾ ਹੈ ਇਹ ਦੁਨੀਆ ਮੁਸਾਫਰ خانہ ਇਸ ਲਈ ਇਸ ਵਿੱਚ ਮੋਹ ਨਾ ਲਾਓ ਜਿਸ ਤੂੰ ਮੇਲ ਹੈ ਸੋ ਮਿਲੈ ਜਾਏ ਸੱਚਾ ਪਿੜ ਮੱਲ ਪਰਮੇਸ਼ਰ ਅੱਗੇ ਬੇਨਤੀ ਕਰਕੇ हे ਪਰਮੇਸ਼ਰ ਵਾਹਿਗੁਰੂ ਜਿਸ ਨੂੰ ਤੂੰ ਆਪਣੇ ਸਰੂਪ ਨਾਲ ਮਿਲਣਾ ਚਾਹੇ ਉਹੋ ਹੀ ਤੇਰੇ ਸਰੂਪ ਨਾਲ ਮਿਲ ਸਕਦਾ ਹੈ ਜਿਸ ਨੂੰ ਤੂੰ ਸਤਿਗੁਰਾਂ ਨਾਲ ਮਿਲਦਾ ਹੈ ਉਹੋ ਹੀ ਤੇਰੇ ਨਾਮ ਵਿੱਚ ਮਿਲਦਾ ਹੈ ਉਹ ਫਿਰ ਉਹ ਸਾਧ ਸੰਗਤ ਵਿੱਚ ਜਾ ਕੇ ਤੁਰਿਆ ਪਦ ਰੂਪੀ ਸੱਚਾ ਪੇੜ ਅਖਾੜਾ ਮਲਦਾ ਹੈ ਬਿਨ ਗੁਰ ਪ੍ਰੀਤ ਨ ਉਪਜੈ ਹਉਮੈ ਮੈਲ ਨ ਜਾਏ ਸਤਿਗੁਰੂ ਸਾਹਿਬ ਜੀ ਤੋਂ ਬਿਨਾ ਕਦੇ ਵਾਹਿਗੁਰੂ ਦੀ ਪ੍ਰੀਤ ਹਿਰਦੇ ਵਿੱਚ ਪੈਦਾ ਨਹੀਂ ਹੁੰਦੀ ਤੇ ਨਾ ਹੋ ਸਕਦੀ ਆ ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਰਹਿ ਕੇ ਜਦੋਂ ਤੱਕ ਸਤਗੁਰਾਂ ਦੇ ਉਪਦੇਸ਼ ਨੂੰ ਨਹੀਂ ਕਮਾਉਂਦੇ ਉਦੋਂ ਤੱਕ ਜੋ ਸਾਡੇ ਹਿਰਦੇ ਨੂੰ ਹਉਮੈ ਦੀ ਮੈਲ ਚ ਮੜੀ ਹੋਈ ਆ ਉਹ ਨਾਸ਼ ਨਹੀਂ ਹੁੰਦੀ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਜੋ ਗੁਰਾਂ ਦੇ ਉਪਦੇਸ਼ ਤੇ ਭਰੋਸਾ ਕਰਕੇ ਆਪਣੇ ਮਨ ਨੂੰ ਸ਼ਬਦ ਵਿੱਚ ਭੇਦ ਵਿਨ ਲੈਂਦੇ ਹਨ ਉਹ ਹੰ ਮੈਂ ਹਾਂ ਭਾਵ ਮੇਰਾ ਆਪਣਾ ਸਰੂਪ ਬ੍ਰਾਹਮੀ ਆ ਇਸ ਪ੍ਰਕਾਰ ਆਪਣੇ ਆਪ ਨੂੰ ਪਛਾਣ ਲੈਂਦੇ ਆ ਜੋ ਸੋ ਕਿਓ ਬ੍ਰਹਮ ਤਤ ਪਾਦ ਦਾ ਲਖ ਅਰਥ ਖੰਡਾਂ ਬ੍ਰਹਮੰਡਾਂ ਦਾ ਮਾਲਕ ਪਰਮੇਸ਼ਰ ਆ ਉਸ ਨੂੰ ਪਛਾਣ ਲੈਂਦੇ ਆ ਗੁਰਮਖ ਆਪ ਪਛਾਣੀਐ ਅਵਰ ਕੇ ਕਰੇ ਕਰਾਈ ਮੁਖੀ ਗੁਰੂ ਸਾਹਿਬ ਦੀ ਸੰਗਤ ਕਰਕੇ ਤਿੰਨੇ ਦੇਹਾਂ ਦੇ ਭਮਾਨ ਨੂੰ ਛੱਡ ਕੇ ਆਪਣਾ ਆਤਮ ਸਰੂਪ ਜੋ ਸਤ ਚੇਤਨ ਆਨੰਦ ਸਰੂਪ ਆ ਉਸ ਨੂੰ ਪਛਾਨਣਾ ਕਰੀਏ ਕਿ ਅਵਰ ਕੇ ਕਰੇ ਕਰਾਈ ਕਿਉਂਕਿ ਹੋਰ ਕਰਮ ਕਾਂਡਾਂ ਦਾ ਕੀ ਕਰਨਾ ਤੇ ਕਰਾਉਣਾ ਹੈ ਮਿਲਿਆ ਕਾ ਕਿਆ ਮੇਲੀ ਐ ਸ਼ਬਦ ਮਿਲੇ ਪਤੀ ਆਏ ਮਹਾਰਾਜ ਅੱਗੇ ਬੇਨਤੀ ਕਰੀਏ ਕਿ ਜੋ ਤੁਹਾਡੇ ਨਾਲ ਮਿਲੇ ਹੋਏ ਆ ਉਹਨਾਂ ਦਾ ਹੋਰ ਕੀ ਮਿਲਣਾ ਹੈ اے ਗਰੀਬ ਨਿਵਾਜ ਸਾਨੂੰ ਮਿਲਣਾ ਕਰੋ ਜੋ ਆਪਜੀ ਤੋਂ ਵਿਛੜੇ ਹੋਏ ਆ ਜੋ ਪਰਮੇਸ਼ਰ ਨਾਲ ਮਿਲੇ ਹੋਏ ਆ ਉਹਨਾਂ ਨਾਲ ਕੀ ਕਰਨਾ ਚਾਹੀਦਾ ਹੈ ਉੱਤਰਬਖਸ਼ਦੇ ਆਪਣੇ ਚਿੱਤ ਨੂੰ ਉਹਨਾਂ ਨਾਲ ਮੇਲ ਲੀਏ ਸਤਸੰਗੀ ਬਣੀਏ ਉਹੋ ਜਿਹਾ ਜੀਵਨ ਬਣਾਈਏ ਜੋ ਸਤਗੁਰਾਂ ਨਾਲ ਮਿਲ ਕੇ ਕਦੇ ਵਿਛੜਦੇ ਨਹੀਂ ਉਹਨਾਂ ਨਾਲ ਆਪਣੇ ਆਪ ਨੂੰ ਮੇਲ ਲੀਏ ਤੇ ਬੇਨਤੀ ਕਰੀਏ ਕਿ ਪਰਮੇਸ਼ਰ ਨਾਲ ਕਿਵੇਂ ਮਿਲਦਾ ਹੈ ਤਾਂ ਫਿਰ ਦੱਸਦੇ ਹਨ ਕਿ ਪਰਮੇਸ਼ਰ ਨਾਲ ਮਿਲਣ ਲਈ ਸ਼ਬਦ ਨਾਲ ਮਿਲਦਾ ਹੈ ਜੋ ਸ਼ਬਦ ਨਾਲ ਮਿਲਦੇ ਆ ਫਿਰ ਉਹਨਾਂ ਤੇ ਸਤਗੁਰੂ ਜੀ ਅਜਮਾਇਸ਼ ਕਰਕੇ ਭਾਵ ਕਸਵੱਟੀ ਲਾ ਕੇ ਦੇਖਦੇ ਹਨ ਮਨਮੁਖ ਸੋਜੀ ਨਾ ਪਵੈ ਵਿਛੜ ਚੋਟਾਂ ਖਾਇ ਜੋ ਮਨਮੁਖ ਲੋਕ ਹਨ ਉਹਨਾਂ ਨੂੰ ਵਾਹਿਗੁਰੂ ਦੀ ਗਿਆਤ ਸਮਝ ਨਹੀਂ ਪੈਂਦੀ ਉਹ ਵਾਹਿਗੁਰੂ ਨੂੰ ਭੁੱਲ ਕੇ ਦੇਹ ਨੂੰ ਹੀ ਆਤਮਾ ਮੰਨੀ ਬੈਠੇ ਆ ਉਹ ਨਾਮ ਤੋਂ ਪ੍ਰਭੂ ਤੋਂ ਵਿਛੜ ਕੇ ਜਮਾ ਦੀਆਂ ਵਿਕਾਰਾਂ ਦੀਆਂ ਜੰਮਣ ਮਰਨ ਦੀਆਂ ਸਟਾਂ ਖਾਂਦੇ ਹਨ ਨਾਨਕ ਦਰ ਘਰ ਏਕ ਹੈ ਔਰ ਨਦੂ ਜੀ ਜਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਦਾ ਗਿਆਨ ਰੂਪੀ ਦਰ ਤੇ ਸਤਸੰਗਤ ਰੂਪੀ ਘਰ ਇਕੋ ਹੀ ਆ ਦਰ ਕੀ ਇਹ ਸਾਤਸੰਗਤ ਤੇ ਘਰ ਸੱਚਖੰਡ ਏਕੀ ਆ ਉਸ ਪਰਮੇਸ਼ਰ ਦਾ ਦਰ ਗਿਆਨ ਤੇ ਘਰ ਸਰੂਪ ਏਕੀ ਆ ਇੰਦਰੀਆਂ ਰੂਪੀ ਦਾਰਤ ਤੇ ਸਰੀਰ ਰੂਪੀ ਘਰ ਵਿੱਚ ਇੱਕ ਵਾਹਿਗੁਰੂ ਹੀ ਵਿਆਪਕ ਆ ਉਸ ਤੋਂ ਬਿਨਾ ਹੋਰ ਕੋਈ ਦੂਸਰੀ ਜਾਏ ਜਗ੍ਹਾ ਹੀ ਨਹੀਂ ਆ ਉਹ ਹਰ ਥਾਂ ਹੀ ਵਿਆਪਕ ਆ ਇਸ ਲਈ ਉਸ ਦੀ ਛਰਨੀ ਪੈ ਕੇ ਵਾਹਿਗੁਰੂ ਨਾਲ ਪਿਆਰ ਕਰੀਏ ਫਿਰ ਉਹ ਪ੍ਰਭੂ ਆਪਣੇ ਸਰੂਪ ਵਿੱਚ ਮਿਲਾ ਲਵੇਗਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ वाहे गुरु वाहे गुरु वाहे गुरु वाहे गुरु वाहे गुरु वाहे गुरु, वा गुरु दीन दर्द दुख पञ्जना ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਵਾਹਿਗੁਰੂ ਵਾਹਿਗੁਰੂ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ